ਪ੍ਰੋਗਰਾਮ ਪ੍ਰਾਈਮ ਹਿਸਟਰੀ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗਦਰ ਪਾਰਟੀ ਦਾ ਸਾਰਾ ਇਤਿਹਾਸ, ਅਮਰੀਕਾ ਦੀ ਧਰਤੀ ਤੋਂ ਕਿਵੇਂ ਗਦਰ ਪਾਰਟੀ ਬਣੀ, ਗਦਰ ਅਖਬਾਰ ਸ਼ੁਰੂ ਹੋਈ ਅਤੇ ਫਿਰ ਉਹਨਾਂ ਦੇ ਕੀਤੇ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ। ਅਤੇ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਗਦਰ ਪਾਰਟੀ ਦੇ ਹਥਿਆਰਬੰਦ ਇਨਕਲਾਬ ਬਾਰੇ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਸੀ। ਸੋ ਜੀ, ਗਦਰ ਪਾਰਟੀ ਬਾਰੇ ਅਗਲੀ ਗੱਲ ਕਰਦੇ ਡਾਕਟਰ ਵਰਿਆਮ ਸੰਧੂ ਹੁਣਾਂ ਦੇ ਨਾਲ। ਸੰਧੂ ਸਾਹਿਬ, ਤੁਹਾਡਾ ਸਟੂਡੀਓ ਦੇ ਵਿੱਚ ਸਵਾਗਤ ਹੈ ਜੀ। ਮਿਹਰਬਾਨੀ ਜੀ, ਸ਼ੁਕਰੀਆ। ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਗਦਰ ਪਾਰਟੀ ਦੇ ਹਥਿਆਰਬੰਦ ਜਿਹੜੇ ਸੀ ਉਹਨਾਂ ਦੇ ਕਾਰਜ, ਕਿ ਕਿਵੇਂ ਉਹਨਾਂ ਨੇ ਪਾਰਟੀ ਦੇ ਵਿੱਚ ਆਪਣੇ ਜਿਹੜੇ ਮੈਂਬਰ ਸੀ, ਆਪਣੇ ਸਾਥੀ ਸੀ, ਜਿੱਦਾਂ ਤੁਸੀਂ ਕਰਤਾਰ ਸਿੰਘ ਸਰਾਭੇ ਉਹਨਾਂ ਦੀ ਗੱਲ ਵੀ ਕੀਤੀ ਸੀ ਕਿ ਉਹਨਾਂ ਨੇ ਹਵਾਈ ਜਹਾਜ਼ ਦੀ ਜਿਹੜੀ ਸਿੱਖਿਆ ਲਈ ਸੀ, ਜੇ ਇੱਕ ਤਰੀਕੇ ਨਾਲ ਆਪਾਂ ਕਹਿ ਲਈਏ ਭਾਰਤ ਦੇ ਉਹ ਪਹਿਲੇ ਪਾਇਲਟ ਵੀ ਕਹੇ ਜਾ ਸਕਦੇ ਆ। ਗੱਲ ਤਾਂ ਆਪਾਂ ਗਦਰ ਪਾਰਟੀ ਦੀ ਹੀ ਕਰਨੀ ਹੈ ਗਾਂ ਜਾ ਕੇ, ਲੇਕਿਨ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਮੇਰੇ ਮਨ ਦੇ ਵਿੱਚ ਇੱਕ ਸਵਾਲ ਆਇਆ ਹੈ ਕਿ ਅਮਰੀਕਾ ਦੀ ਧਰਤੀ ਦੇ ਗਦਰ ਪਾਰਟੀ ਜਿਹੜੀ ਹੈ ਜੀ ਉਹ ਸ਼ੁਰੂ ਹੋਈ, ਯੁਗਾਂਤਰ ਆਸ਼ਰਮ, ਗਦਰ ਅਖਬਾਰ, ਪਰ ਕਿਤੇ ਨਾ ਕਿਤੇ ਗਦਰ ਪਾਰਟੀ ਦੇ ਜਿਹੜੇ ਕੀਤੇ ਕੰਮ ਨੇ ਉਹ ਕੈਨੇਡਾ ਦੀ ਧਰਤੀ ਔਰ ਅਮਰੀਕਾ ਦੀ ਧਰਤੀ, ਕਿਤੇ ਇਹਨਾਂ ਦਾ ਆਪਸ ਦੇ ਵਿੱਚ ਤਾਲਮੇਲ ਸੀ ਨਾ ਦੇਸ਼ ਭਗਤਾਂ ਦਾ ਜੀ ਕੋਈ? ਕਿਉਂਕਿ ਇੱਥੇ ਵੀ ਮੈਂ ਤੁਹਾਡੀ ਗੱਲ ਕਰਦਾ, ਕਿਉਂਕਿ ਇੱਥੇ ਵੀ ਵੱਡੇ ਵੱਡੇ ਨਾਂ ਜਿਹੜੇ ਗਿਣਨਯੋਗ ਹੈਗੇ ਨੇ, ਜਿੱਦਾਂ ਕਿ ਭਾਈ ਮੇਵਾ ਸਿੰਘ ਗਲੋਪੋ ਕੇ, ਭਾਈ ਬਲਵੰਤ ਸਿੰਘ ਖੁਰਦਪੁਰ, ਅਤੇ ਦੂਸਰੇ ਪਾਸੇ ਬਿਲਕੁਲ ਉੱਧਰ ਸੈਨ ਫਰਾਂਸਿਸਕੋ ਦੀ ਧਰਤੀ ਤੋਂ ਗਦਰ ਪਾਰਟੀ ਜਿਹੜੀ ਹੈ ਜੀ ਸ਼ੁਰੂ ਹੋਈ। ਸੋ ਉਹਨਾਂ ਦੇ ਆਪਸ ਦੇ ਵਿੱਚ ਤਾਲਮੇਲ ਕਿੱਥੇ ਸੀ ਜੀ? ਇਹ ਤੁਸੀਂ ਇੱਕ ਬੜਾ ਚੰਗਾ ਸਵਾਲ ਕਰ ਦਿੱਤਾ ਹੈ ਕਿ ਆਪਾਂ, ਕਿਉਂਕਿ ਸਾਰੀ ਗੱਲ ਜਿਹੜੀ ਹੈ ਨਾ ਉਹ ਆਪਣੀ ਗਦਰ ਪਾਰਟੀ ਦੀ ਅਮਰੀਕਾ ਉੱਤੇ ਫੋਕਸ ਹੋ ਰਹੀ ਆ, ਔਰ ਹੋਣੀ ਵੀ ਚਾਹੀਦੀ ਸੀ ਕਿਉਂਕਿ ਗਦਰ ਪਾਰਟੀ ਬਣੀ ਅਮਰੀਕਾ ਦੇ ਵਿੱਚ ਸੀਗੀ, ਅਤੇ ਗਦਰ ਪਾਰਟੀ ਬਣਦੀਆਂ ਜਿਹੜੀਆਂ ਸੰਭਾਵਨਾਵਾਂ ਸਨ ਉਹ ਅਮਰੀਕਾ ਵਿੱਚ ਹੀ ਬਣ ਸਕਦੀਆਂ ਸਨ, ਇਸ ਕਰਕੇ ਕਿਉਂਕਿ ਅਮਰੀਕਾ ਇੱਕ ਆਜ਼ਾਦ ਮੁਲਕ ਸੀਗਾ, ਔਰ ਇੱਥੋਂ ਦੇ ਜਿਹੜੇ ਲੋਕ ਸੀ ਅਤੇ ਇੱਥੋਂ ਦੀ ਜਿਹੜੀ ਸਰਕਾਰ ਵੀ ਸੀ ਉਹ ਸ਼ੁਰੂ ਦੇ ਵਿੱਚ ਸਾਡੇ ਲੋਕਾਂ ਦੀ ਜਿਹੜੀ ਆਜ਼ਾਦੀ ਦੀ ਲੜਾਈ ਸੀ ਇਹਦੇ ਵਾਸਤੇ ਉਹਨਾਂ ਦੀ ਖਾਮੋਸ਼ ਵੀ ਅਤੇ ਕੁਝ ਥਾਵਾਂ ਉੱਤੇ ਸਰਗਰਮ ਹਮਾਇਤ ਵੀ ਉਹਨਾਂ ਨੂੰ ਸ਼ਾਮਿਲ ਸੀਗੀ, ਜਦਕਿ ਕਨੇਡਾ ਵਿੱਚ ਸਾਰਾ ਕੁਝ ਸੰਭਵ ਨਹੀਂ ਸੀ ਹੈਗਾ ਕਿਉਂਕਿ ਕਨੇਡਾ ਅੰਗਰੇਜ਼ਾਂ ਦੀ ਬਸਤੀ ਸੀਗੀ ਅਤੇ ਉੱਥੇ ਸਾਰਾ ਕੁਝ ਨਹੀਂ ਸੀ ਹੋ ਸਕਦਾ। ਪਰ ਸਾਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਆ ਕਿ ਕਨੇਡਾ ਵਿੱਚ ਗਦਰ ਅਮਰੀਕਾ ਵਿੱਚ ਗਦਰ ਪਾਰਟੀ ਬਣਨ ਤੋਂ ਪਹਿਲਾਂ ਜਿਹੜਾ ਆਪਣੇ ਹੱਕਾਂ ਦੀ ਲੜਾਈ ਦਾ ਸੰਘਰਸ਼ ਸੀ ਨਾ ਉਹ ਕਨੇਡਾ ਵਿੱਚ ਸ਼ੁਰੂ ਹੋਇਆ ਸੀਗਾ। ਜਥੇਬੰਦਕ ਤਾਕਤ ਪਹਿਲਾਂ ਕਨੇਡਾ ਵਿੱਚ ਹੀ ਉਸਰੀ ਸੀਗੀ, ਔਰ ਉਹਨਾਂ ਨੇ ਆਪਣੇ ਪਰਿਵਾਰ ਮੰਗਾਉਣ ਵਾਸਤੇ ਜਿਹੜੀਆਂ ਲੰਮੀਆਂ ਲੜਾਈਆਂ ਲੜੀਆਂ, ਇਸ ਤੋਂ ਇਲਾਵਾ ਹੋਰ ਵੀ ਜਿਹੜੇ ਆਪਣੇ ਹੱਕਾਂ ਅਤੇ ਹਿੱਤਾਂ ਵਾਸਤੇ ਉਹਨਾਂ ਨੇ ਲੜਾਈਆਂ ਲੜੀਆਂ ਉੱਥੇ ਆਪਣੀ ਹੋਂਦ ਅਤੇ ਹਸਤੀ ਨੂੰ ਬਚਾਉਣ ਵਾਸਤੇ, ਉਹਦੀ ਸ਼ੁਰੂਆਤ ਕਨੇਡਾ ਦੇ ਵਿੱਚ ਪਹਿਲਾਂ ਹੋਈ। ਇਹ ਪ੍ਰੇਰਨਾ ਜਿਹੜੀ ਆ ਇਹੋ ਹੀ ਅੱਗੇ ਜਾ ਕੇ ਅਤੇ ਅਮਰੀਕਾ ਵਾਲਿਆਂ ਨੂੰ ਮਿਲਦੀ ਹੈ, ਅਤੇ ਇਹਦੇ ਵਿੱਚ ਇੱਕ ਵੱਡਾ ਹੱਥ ਇਹ ਵੀ ਸੀ ਕਿ ਜਦੋਂ ਇੱਥੇ ਸਾਡੇ ਲੋਕਾਂ ਦਾ ਕਨੇਡਾ ਵਿੱਚ ਆਉਣ ਦਾ ਕਾਫੀਆ ਤੰਗ ਕਰ ਦਿੱਤਾ ਗਿਆ ਨਾ, ਤਾਂ ਇੱਥੋਂ ਵਾਲੇ ਵੀ ਲੋਕ ਜਿਹੜੇ ਸਨ ਨਾ ਉਹ ਬਹੁਤੇ ਅਮਰੀਕਾ ਵਿੱਚ ਚਲੇ ਗਏ ਸਨ। ਪਰ ਇਹਦੇ ਬਾਵਜੂਦ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਉਹ ਇਹ ਆ ਕਿ ਭਾਵੇਂ ਕਿ ਗਦਰ ਪਾਰਟੀ ਅਮਰੀਕਾ ਵਿੱਚ ਬਣਦੀ ਹੈ ਪਰ ਜਿਹੜੇ ਦੋਵਾਂ ਮੁਲਕਾਂ ਦੇ ਆਗੂ ਸਨ ਉਹਨਾਂ ਦਾ ਆਪਸ ਵਿੱਚ ਬਾਕਾਇਦਾ ਤਾਲਮੇਲ ਸੀਗਾ। ਜਿਵੇਂ ਤੁਸੀਂ ਭਾਈ ਬਲਵੰਤ ਸਿੰਘ ਹੁਣਾਂ ਦਾ ਜ਼ਿਕਰ ਕੀਤਾ, ਭਾਈ ਬਲਵੰਤ ਸਿੰਘ ਹੁਣੀ ਅਤੇ ਬਾਕੀ ਵੀ ਜਿਹੜੇ ਇਨਕਲਾਬੀ ਸਨ ਉਹ ਸਰਹੱਦ ਪਾਰ ਕਰਕੇ ਅਤੇ ਅਕਸਰ ਹੀ ਸਾਡੇ ਜਿਹੜੇ ਗਦਰੀ ਸੂਰਬੀਰ ਸਨ ਉਹਨਾਂ ਨੂੰ ਉੱਧਰ ਜਾ ਕੇ ਮਿਲਦੇ ਸਨ ਅਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦੇ ਸਨ। ਭਾਈ ਬਲਵੰਤ ਸਿੰਘ ਹੁਣਾਂ ਦੇ ਸਾਨ ਫਰਾਂਸਿਸਕੋ ਆਉਣ ਦੀਆਂ ਗੱਲਾਂ ਵੀ ਜਿਹੜੀਆਂ ਨੇ ਉਹ ਇਤਿਹਾਸ ਵਿੱਚ ਹੈਗੀਆਂ ਨੇ ਜੀ। ਇਸ ਤੋਂ ਇਲਾਵਾ ਸਾਨੂੰ ਇਸ ਗੱਲ ਦਾ ਵੀ ਪਤਾ ਹੋਣਾ ਚਾਹੀਦਾ ਹੈ ਕਿ ਆਪਾਂ ਪਿੱਛੇ ਜ਼ਿਕਰ ਵੀ ਕੀਤਾ ਹੈ ਕਿ ਜਿਹੜੀ ਲੜਾਈ ਕਨੇਡਾ ਵਾਲੇ ਲੜਦੇ ਪਏ ਸਨ ਉਸ ਲੜਾਈ ਦੇ ਵਿੱਚ ਉਹ ਅਮਰੀਕਾ ਵਾਲਿਆਂ ਨੂੰ ਵੀ ਨਾਲ ਸ਼ਾਮਿਲ ਕਰਦੇ ਸਨ। ਠੀਕ ਹੈ, ਜਦੋਂ ਅਸੀਂ ਜ਼ਿਕਰ ਕੀਤਾ ਸੀਗਾ ਪਿੱਛੇ ਵੀ ਅਸੀਂ ਗੱਲ ਕੀਤੀ ਸੀ ਜਦੋਂ ਕਨੇਡਾ ਬਾਰੇ ਆਪਾਂ ਗੱਲ ਕਰਦੇ ਪਏ ਸਾਂ ਪਰਿਵਾਰਾਂ ਨੂੰ ਮੰਗਾਉਣ ਦੀ ਲੜਾਈ ਬਾਰੇ, ਤਾਂ ਉਦੋਂ ਜਿਹੜਾ ਵਫਦ ਭਾਈ ਬਲਵੰਤ ਸਿੰਘ, ਆਨੰਦ ਸਿੰਘ ਅਤੇ ਭਾਈ ਨਰਾਇਣ ਸਿੰਘ ਹੋਰਾਂ ਤਿੰਨਾਂ ਬੰਦਿਆਂ ਦੇ ਆਧਾਰਿਤ ਲੰਡਨ ਅਤੇ ਭਾਰਤ ਵਿੱਚ ਗਿਆ ਸੀਗਾ ਆਪਣੀ ਫਰਿਆਦ ਲੈ ਕੇ ਜਾਂ ਆਪਣੀ ਜਿਹੜੀ ਗੱਲ ਕਹਿਣ ਦੇ ਵਾਸਤੇ ਕਿ ਸਾਨੂੰ ਹੱਕ ਮਿਲਣੇ ਚਾਹੀਦੇ ਨੇ ਪਰਿਵਾਰਾਂ ਨੂੰ ਉੱਥੇ ਬੁਲਾਉਣ ਦੇ, ਅਤੇ ਉਹਦੇ ਵਿੱਚ ਅਮਰੀਕਾ ਦੀ ਪ੍ਰਤੀਨਿਧਤਾ ਕਰਨ ਦੇ ਵਾਸਤੇ ਭਾਈ ਜਵਾਲਾ ਸਿੰਘ ਨੂੰ ਉਹਨਾਂ ਨੇ ਸੱਦਾ ਦਿੱਤਾ ਸੀ ਅਤੇ ਨੰਦ ਸਿੰਘ ਸੀ ਦਾ ਜਿਹੜਾ ਨਾ ਉਹ ਪ੍ਰਤੀਨਿਧ ਗਿਆ ਸੀ ਅਮਰੀਕਾ ਵੱਲੋਂ। ਠੀਕ ਹੈ, ਅਤੇ ਜਦੋਂ ਦੇਸ਼ ਦੇ ਵਿੱਚ ਗਏ ਨੇ ਲੰਡਨ ਦੇ ਵਿੱਚ ਤਾਂ ਉਹਨਾਂ ਦੀ ਗੱਲ ਸੁਣੀ ਨਹੀਂ ਗਈ, ਸੁਣੀ ਤਾਂ ਉੱਥੇ ਭਾਵੇਂ ਮਾਈਕਲ ਐਡਵਾਇਰ ਨੂੰ ਵੀ ਮਿਲੇ ਅਤੇ ਲਾਰਡ ਹਾਰਡਿੰਗ ਨੂੰ ਵੀ ਮਿਲੇ ਭਾਈ ਬਲਵੰਤ ਸਿੰਘ ਹੁਣੀ ਅਤੇ ਵਫਦ ਵਾਲੇ, ਉਹਨਾਂ ਨੇ ਗੱਲ ਨਹੀਂ ਸੁਣੀ। ਪਰ ਇਹਦੇ
ਬਾਵਜੂਦ ਉਹ ਜਿੰਨੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਗਏ ਉੱਥੇ ਇੰਨੀ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਸਨ ਨਾ ਉਹ ਹੁੰਮ ਹੁਮਾ ਕੇ ਇਹਨਾਂ ਦੇ ਸਵਾਗਤ ਵਿੱਚ ਉਮੜੇ। ਇਹਨਾਂ ਨੇ ਆਪਣੀਆਂ ਤਕਰੀਰਾਂ ਕੀਤੀਆਂ ਔਰ ਹਿੰਦੂ ਸਿੱਖ ਅਤੇ ਮੁਸਲਮਾਨ ਜਿਹੜੇ ਇਸ ਤੋਂ ਪਹਿਲਾਂ ਕਿ ਆਪਸ ਵਿੱਚ ਸੰਪਰਦਾਇਕ ਲੜਾਈਆਂ ਲੜਦੇ ਪਏ ਸਨ ਇਸ ਮਸਲੇ ਉੱਤੇ ਸਾਰੇ ਇਕੱਠੇ ਹੋ ਗਏ ਅਤੇ ਇਹ ਉਹ ਕਹਿੰਦੇ ਸਨ ਕਿ ਜਿਹੜੇ ਸਾਡੇ ਲੋਕ ਨੇ ਉਹਨਾਂ ਨੂੰ ਕੈਨੇਡਾ ਵਿੱਚ ਜਾਣ ਦੀ ਆਗਿਆ ਮਿਲਣੀ ਚਾਹੀਦੀ, ਉਹਨਾਂ ਦੇ ਪਰਿਵਾਰਾਂ ਨੂੰ ਆਗਿਆ ਮਿਲਣੀ ਚਾਹੀਦੀ ਹੈ। ਅੱਛਾ, ਅਗਲੀ ਗੱਲ ਜਿਹੜੀ ਹੈ ਕਿ ਜਦੋਂ ਭਾਈ ਬਲਵੰਤ ਸਿੰਘ ਤਖ਼ਤ ਸਿੰਘ ਭਾਈ ਤਖ਼ਤ ਸਿੰਘ ਜਿਹੜੇ ਫਿਰੋਜ਼ਪੁਰ ਦੇ ਕੰਨਿਆ ਵਿਦਿਆਲੇ ਦੇ ਜਿਹੜੇ ਆਗੂ ਸਨ ਨਾ ਉਹਨਾਂ ਨੂੰ ਜਦੋਂ ਮਿਲੇ ਤਾਂ ਉੱਥੇ ਉਹਨਾਂ ਨੇ ਕਿਹਾ ਵੀ ਸੀਗਾ ਕਿ ਸਾਨੂੰ ਕੋਈ ਇਹੋ ਜਿਹਾ ਬੰਦੋਬਸਤ ਕਰਨਾ ਚਾਹੀਦਾ ਜਿਹਦੇ ਵਿੱਚ ਇੱਕ ਪੂਰੇ ਦਾ ਪੂਰਾ ਜਹਾਜ਼ ਜਾਵੇ ਕੈਨੇਡਾ ਦੇ ਵਿੱਚ ਸਵਾਰੀਆਂ ਲੈ ਕੇ ਅਤੇ ਉਹ ਇੱਕ ਤਰੀਕੇ ਦੇ ਨਾਲ ਟੈਸਟ ਕੇਸ ਹੋਵੇ ਜਿਸ ਤੋਂ ਪਤਾ ਲੱਗ ਸਕੇ ਕਿ ਸਾਨੂੰ ਉੱਥੇ ਜਾਣ ਦੀ ਆਗਿਆ ਮਿਲ ਸਕਦੀ ਹੈ ਕਿ ਨਹੀਂ ਮਿਲ ਸਕਦੀ। ਇਹਦੇ ਤੋਂ ਹੀ ਮੁੜ ਕੇ ਪ੍ਰੇਰਿਤ ਹੋ ਕੇ ਜਿਹੜਾ ਨਾ ਉਹ ਅੱਗੇ ਗੁਰਦਿੱਤ ਸਿੰਘ ਨੂੰ ਜਿਹੜਾ ਉਹ ਇਹ ਗੱਲ ਫੁਰਦੀ ਆ ਅਤੇ ਇਹ ਵੀ ਕਿਹਾ ਜਾਂਦਾ ਕਿ ਗੁਰਦਿੱਤ ਸਿੰਘ ਨੂੰ ਵੀ ਬਲਵੰਤ ਸਿੰਘ ਮਿਲੇ ਸਨ ਅਤੇ ਜਦੋਂ ਗੁਰਦਿੱਤ ਸਿੰਘ ਲੈ ਕੇ ਜਹਾਜ਼ ਜਾ ਰਿਹਾ ਸੀਗਾ ਅਤੇ ਭਾਈ ਬਲਵੰਤ ਸਿੰਘ ਉਹਨਾਂ ਦੇ ਨਾਲ ਉਹਨਾਂ ਨੇ ਸਫ਼ਰ ਵੀ ਕੁਝ ਕੀਤਾ ਸੀ ਯੋਕੋਹਾਮਾ ਤੱਕ ਅਤੇ ਉੱਥੇ ਵੀ ਗਦਰ ਪਾਰਟੀ ਵਾਲੇ ਭਾਈ ਭਗਵਾਨ ਸਿੰਘ ਹੋਰੀ ਯੋਕੋਹਾਮਾ ਵਿੱਚ ਆ ਕੇ ਅਤੇ ਉਹਨਾਂ ਨੂੰ ਮਿਲੇ ਸੀਗੇ ਅਤੇ ਗਦਰ ਲਹਿਰ ਦਾ ਵੀ ਉੱਥੇ ਉਦੋਂ ਵੀ ਪ੍ਰਚਾਰ ਕੀਤਾ ਸੀਗਾ ਉਹਨਾਂ ਨੇ ਅਤੇ ਭਾਈ ਭਗਵਾਨ ਸਿੰਘ ਨੇ ਬੜੀਆਂ ਸਾਫ਼ ਗੱਲਾਂ ਕਹੀਆਂ ਸੀ ਵੀ ਤੁਸੀਂ ਜਾ ਤਾਂ ਰਹੇ ਹੋ ਪਰ ਤੁਹਾਨੂੰ ਉੱਥੇ ਜਾ ਕੇ ਕਿਸੇ ਦੇ ਦਾਖਲ ਨਹੀਂ ਹੋਣ ਦੇਣਾ ਅਤੇ ਤੁਹਾਨੂੰ ਹੁਣ ਤੋਂ ਹੀ ਗਦਰ ਵਾਸਤੇ ਆਪਣੀ ਤਿਆਰੀ ਕਰ ਲੈਣੀ ਚਾਹੀਦੀ ਹੈ। ਤੋ ਇਹ ਗੱਲਾਂ ਜਿਹੜੀਆਂ ਨੇ ਨਾ ਇਹ ਰਲਵੀਆਂ ਮਿਲਵੀਆਂ ਨਾਲ ਨਾਲ ਚੱਲਦੀਆਂ ਪਈਆਂ ਸਨ ਔਰ ਜਦੋਂ ਵਾਪਸ ਦੇਸ਼ ਨੂੰ ਪਰਤੇ ਸਨ ਲੋਕ ਆਪਣੇ ਤਾਂ ਉਹ ਸਿਰਫ ਅਮਰੀਕਾ ਵਾਲੇ ਨਹੀਂ ਉਦੋਂ ਕੈਨੇਡਾ ਤੋਂ ਵੀ ਜਹਾਜ਼ ਭਰ ਕੇ ਜਿਹੜੇ ਨੇ ਉਹ ਵਾਪਸ ਇੰਡੀਆ ਨੂੰ ਗਏ ਸੀਗੇ ਗਦਰੀਆਂ 'ਤੇ। ਸੋ ਡਾਕਟਰ ਸਾਹਿਬ ਇਸ ਗੱਲ ਦਾ ਹੋਰ ਵਿਸਥਾਰ ਔਰ ਗਦਰ ਪਾਰਟੀ ਦੇ ਕੰਮਾਂ ਬਾਰੇ ਆਪਾਂ ਹੋਰ ਵੀ ਜਾਣਕਾਰੀ ਲਵਾਂਗੇ ਤੁਹਾਡੇ ਤੋਂ, ਲੇਕਿਨ ਸਮਾਂ ਹੋ ਗਿਆ ਜੀ ਇੱਕ ਬ੍ਰੇਕ ਦਾ। ਸੋ ਇੱਕ ਬ੍ਰੇਕ ਤੋਂ ਬਾਅਦ ਡਾਕਟਰ ਸੰਧੂ ਹੁਣਾਂ ਦੇ ਨਾਲ ਅਗਲੀ ਗੱਲਬਾਤ ਕਰਦੇ ਹਾਂ ਜੀ। ਪ੍ਰਾਈਮ ਏਸ਼ੀਆ ਟੀ ਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀ ਵੀ, ਤੁਹਾਡਾ ਆਪਣਾ, ਤੁਹਾਡੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਹਿਸਟਰੀ ਦੇ ਵਿੱਚ। ਔਰ ਬ੍ਰੇਕ ਤੋਂ ਪਹਿਲਾਂ ਗੱਲਬਾਤ ਕਰ ਰਹੇ ਸੀ ਕਿ ਗਦਰ ਪਾਰਟੀ ਔਰ ਕੈਨੇਡਾ ਦੀ ਧਰਤੀ ਤੋਂ ਸ਼ੁਰੂ ਹੋਇਆ ਇਨਕਲਾਬ ਦਾ ਸਫ਼ਰ ਕਿਤੇ ਨਾ ਕਿਤੇ ਆਪਸ ਦੇ ਵਿੱਚ ਸਾਂਝਾ ਦੇਸ਼ ਭਗਤੀ ਦਾ ਸਫ਼ਰ ਸੀ। ਆਓ ਜੀ ਅਗਲੀ ਗੱਲਬਾਤ ਡਾਕਟਰ ਸੰਧੂਣਾ ਦੇ ਨਾਲ ਕਰਦੇ ਹਾਂ। ਸੋ ਡਾਕਟਰ ਸਾਹਿਬ, ਜਿਵੇਂ ਕਿ ਬ੍ਰੇਕ ਤੋਂ ਪਹਿਲਾਂ ਆਪਾਂ ਜ਼ਿਕਰ ਕਰ ਰਹੇ ਸੀ ਵੀ ਕਿਤੇ ਨਾ ਕਿਤੇ ਜਿਹੜਾ ਜੀ ਕੈਨੇਡਾ ਔਰ ਅਮਰੀਕਾ, ਗਦਰ ਪਾਰਟੀ ਅਮਰੀਕਾ ਤੋਂ ਸ਼ੁਰੂ ਹੋਈ ਸੀ ਲੇਕਿਨ ਕੈਨੇਡੀਅਨ ਜਿਹੜੇ ਸਾਡੇ ਸੀਗੇ ਦੇਸ਼ ਭਗਤ ਉਹਨਾਂ ਦਾ ਵੀ ਗਦਰ ਪਾਰਟੀ ਦੇ ਵਿੱਚ ਇੱਕ ਖਾਸ ਮੁਕਾਮ ਸੀ, ਖਾਸ ਯੋਗਦਾਨ ਸੀ। ਸੋ ਜਿੱਦਾਂ ਕਿ ਤੁਸੀਂ ਦੱਸਿਆ ਵੀ ਕਾਮਾਗਾਟਾ ਮਾਰੂ ਜਹਾਜ਼ ਜਦੋਂ ਚੱਲਿਆ ਸੀਗਾ ਔਰ ਰਸਤੇ ਦੇ ਵਿੱਚ ਯੋਕੋਹਾਮਾ ਦੇ ਵਿੱਚ ਭਾਈ ਬਲਵੰਤ ਸਿੰਘ ਜਾਂ ਭਾਈ ਭਗਵਾਨ ਸਿੰਘ ਵੀ ਜਿਹੜੇ ਸੀਗੇ ਮੁਸਾਫਰਾਂ ਨੂੰ ਔਰ ਗੁਰਦਿੱਤ ਸਿੰਘ ਹੁਣਾਂ ਨੂੰ ਮਿਲੇ ਸੀ। ਸੋ ਅੱਗੇ ਜਾ ਕੇ ਕਿਤੇ ਨਾ ਕਿਤੇ ਜਿੱਦਾਂ ਤੁਸੀਂ ਦੱਸਿਆ ਕਰਤਾਰ ਸਿੰਘ ਸਰਾਭਾ ਹੋਣੀ ਵੀ ਔਰ ਬਾਬਾ ਸੋਹਣ ਸਿੰਘ ਪੱਕਣਾ ਹੋਣੀ ਵੀ ਜਦੋਂ ਕਾਮਾਗਾਟਾ ਮਾਰੂ ਵਾਪਸ ਦੇਸ਼ ਨੂੰ ਜਾਂਦਾ ਔਰ ਹਥਿਆਰ ਪਹੁੰਚਾਉਣਾ ਚਾਹੁੰਦੇ ਸੀ, ਸੋ ਕਿੱਥੇ ਕਿੱਥੇ ਗਦਰ ਪਾਰਟੀ ਜਿਹੜੀ ਸੀ ਕੈਨੇਡੀਅਨ ਦੇਸ਼ ਭਗਤਾਂ ਦੀ ਜਾਂ ਕੈਨੇਡੀਅਨ ਦੇਸ਼ ਭਗਤ ਗਦਰ ਪਾਰਟੀ ਦੀ ਮਦਦ ਕਰਦੇ ਸੀ? ਦੇਖੋ, ਆ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਉਹ ਆਪਾਂ ਪਹਿਲੀ ਗੱਲ ਆਪਾਂ ਨੂੰ ਇਹ ਥੋੜ੍ਹੀ ਜਿਹੀ ਨਾਲ ਹੀ ਇਹ ਸਾਫ਼ ਹੋ ਜਾਣੀ ਚਾਹੀਦੀ ਆ ਕਿ ਜਿਹੜੇ ਮੁਸਾਫਰ ਸਨ ਨਾ ਜੀ ਬਹੁਤੇ ਉਹਦੇ ਵਿੱਚ ਜਾਣ ਲੱਗੇ ਕੈਨੇਡਾ ਨੂੰ ਕਾਮਾਗਾਟਾ ਮਾਰੂ ਦੇ, ਉਹ ਉਹਨਾਂ ਟਾਪੂਆਂ ਤੋਂ ਹੀ ਜਾ ਰਹੇ ਸਨ
ਜਿਨ੍ਹਾਂ ਟਾਪੂਆਂ ਦੇ ਉੱਤੇ ਗਦਰ ਪਾਰਟੀ ਦੀਆਂ ਇਕਾਈਆਂ ਬਣ ਚੁੱਕੀਆਂ ਸੀ, ਜਿੱਥੇ ਗਦਰ ਅਖਬਾਰ ਪੜ੍ਹਿਆ ਜਾਂਦਾ ਸੀ, ਜਿੱਥੇ ਉਹਨਾਂ ਤੱਕ ਗਦਰ ਦਾ ਸੁਨੇਹਾ ਪਹੁੰਚਿਆ ਹੋਇਆ ਸੀਗਾ। ਇਸ ਤੋਂ ਇਲਾਵਾ ਭਾਈ ਭਗਵਾਨ ਸਿੰਘ ਹੋਰਾਂ ਨੇ, ਮੌਲਵੀ ਬਰਕਤ ਉੱਲਾ ਹੋਰਾਂ ਨੇ ਵੀ ਗਦਰ ਦਾ ਸੁਨੇਹਾ ਜਿਹੜਾ ਸੀ ਉਹਨਾਂ ਨੂੰ ਦਿੱਤਾ ਹੋਇਆ ਸੀਗਾ। ਭਾਈ ਬਲਵੰਤ ਸਿੰਘ ਹੋਰਾਂ ਨੇ ਵੀ ਉਹਨਾਂ ਦੇ ਨਾਲ ਇਹ ਸਾਰੀ ਗੱਲਬਾਤ ਕੀਤੀ ਹੋਈ ਸੀਗੀ, ਜਿੱਥੇ ਇਹ ਇੱਕ ਪਾਸੇ ਪਰਿਵਾਰਾਂ ਨੂੰ ਮੰਗਾਉਣ ਦੀ ਲੜਾਈ ਸੀ, ਉੱਥੇ ਨਾਲ ਦੇ ਨਾਲ ਹੀ ਇਹ ਇੱਕ ਤਰੀਕੇ ਦੇ ਨਾਲ ਇਸ ਲੜਾਈ ਨੂੰ ਅੱਗੇ ਵਧਾਉਣ ਦਾ ਇੱਕ ਬਹਾਨਾ ਵੀ ਸੀ ਕਿ ਜੇ ਤਾਂ ਸਾਨੂੰ ਟੈਸਟ ਦੇ ਤੌਰ 'ਤੇ ਉਤਰਨ ਦਿੱਤਾ ਗਿਆ ਸਾਡੇ ਮੁਸਾਫਰਾਂ ਨੂੰ, ਇਹ ਬਹੁਤ ਵਧੀਆ ਗੱਲ ਹੋਊਗੀ, ਸਾਡੇ ਲਈ ਰਸਤਾ ਖੁੱਲ੍ਹ ਜੂਗਾ, ਦਰਵਾਜ਼ੇ ਖੁੱਲ੍ਹ ਜਾਣਗੇ। ਅਤੇ ਜੇ ਨਹੀਂ ਸਾਨੂੰ ਜਾਣ ਦਿੱਤਾ ਜਾਊਗਾ ਤਾਂ ਇਹਦਾ ਮਤਲਬ ਇਹ ਆ ਕਿ ਲੋਕ ਵਾਪਸ ਮੁੜਨਗੇ, ਰੋਸ ਦੀ ਇੱਕ ਲਹਿਰ ਜਿਹੜੀ ਸੀ ਉਹ ਤਿੱਖੀ ਹੋਊਗੀ। ਤੋ ਇਹ ਜਿਹੜੀ ਗੱਲ ਸੀਗੀ ਕਿ ਨਹੀਂ, ਇਹ ਉਹਨਾਂ ਦੇ ਮਨ ਵਿੱਚ ਪਹਿਲਾਂ ਹੀ ਬਣੀ ਹੋਈ। ਅਤੇ ਇਸ ਵੇਲੇ ਜਦੋਂ ਕਿ ਕਾਮਾ ਗਾਟਾ ਮਾਰੂ ਜਾ ਰਿਹਾ ਸੀਗਾ, ਜਿਨ੍ਹਾਂ ਜਿਨ੍ਹਾਂ ਥਾਵਾਂ ਦੇ ਉੱਤੇ ਵੀ ਉਹ ਰੁਕਦਾ ਰਿਹਾ, ਉੱਥੇ ਉੱਥੇ ਹੀ ਗਦਰ ਪਾਰਟੀ ਗਦਰ ਦੇ ਪਰਚੇ ਉਹਨਾਂ ਨੂੰ ਪਹੁੰਚਾਉਂਦੀ ਰਹੀ, ਆਪਣਾ ਮੈਸੇਜ ਉਹਨਾਂ ਨੂੰ ਦਿੰਦੀ ਰਹੀ। ਇਸ ਤੋਂ ਇਲਾਵਾ ਉਹਨਾਂ ਨੇ ਜਿਹੜੇ ਕਨੇਡਾ ਵਿੱਚ ਉਹਨਾਂ ਦੇ ਗਦਰ ਪਾਰਟੀ ਦੇ ਹਮਾਇਤੀ ਸਨ, ਉਹਨਾਂ ਨੂੰ ਵੀ ਕਿਹਾ ਜਦੋਂ ਉੱਥੇ ਪਹੁੰਚ ਗਿਆ ਜਹਾਜ਼ ਕਨੇਡਾ ਦੇ ਤੱਟ ਦੇ ਉੱਤੇ ਅਤੇ ਉੱਥੇ ਰੋਕ ਲਿਆ ਗਿਆ, ਉੱਤਰ ਨਹੀਂ ਦਿੱਤਾ ਗਿਆ, ਉਦੋਂ ਵੀ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਸਾਨੂੰ ਵੱਧ ਤੋਂ ਵੱਧ ਸਹਾਇਤਾ ਕਰਨੀ ਚਾਹੀਦੀ ਹੈ। ਇਹ ਜਿਹੜੇ ਲੋਕ ਸੋਹਣ ਲਾਲ ਪਾਠਕੁਣੀ ਜਾ ਕੇ ਸ਼ਹੀਦ ਹੋਏ, ਹਰਨਾਮ ਸਿੰਘ ਕਾਰੀ ਸਾਰੀ ਉਰੀ ਵੀ ਜਾ ਕੇ ਗਦਰ ਪਾਰਟੀ ਵਿੱਚ ਸ਼ਹੀਦ ਹੁੰਦੇ ਨੇ, ਇਹ ਜਿਹੜੀ ਕਮੇਟੀ ਬਣਦੀ ਸੀਗੀ ਉੱਥੇ, ਸ਼ੋਰ ਕਮੇਟੀ ਬਣੀ ਸੀਗੀ ਮੁਸਾਫਰ ਨੂੰ ਉਤਾਰਨ ਦੇ ਵਾਸਤੇ, ਉਹਨਾਂ ਦੀ ਮਦਦ ਕਰਨ ਵਾਸਤੇ, ਇਹ ਉਸ ਕਮੇਟੀ ਦੇ ਮੈਂਬਰ ਸਨ। ਬਾਅਦ ਵਿੱਚ ਗਦਰ ਲਹਿਰ ਵਿੱਚ ਜਾ ਕੇ ਲੋਕ ਜਿਹੜੇ ਨੇ ਸ਼ਹੀਦ ਹੁੰਦੇ ਨੇ, ਸ਼ਹਾਦਤ ਦਿੰਦੇ ਨੇ। ਇਸੇ ਤਰ੍ਹਾਂ ਹੀ ਉਹਨਾਂ ਨੇ ਗਦਰ ਪਾਰਟੀ ਵਾਲਿਆਂ ਨੇ ਗਦਰ ਅਖਬਾਰ ਦਾ ਇੱਕ ਕਾਮਾ ਗਾਟਾ ਮਾਰੂ ਅੰਕ ਕੱਢਿਆ ਸੀਗਾ, ਉਸ ਅੰਕ ਦੇ ਵਿੱਚ ਉਹਨਾਂ ਨੇ ਇਹ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਸਾਡੇ ਹੱਕਾਂ ਨੂੰ ਦਬਾਇਆ ਜਾ ਰਿਹਾ, ਸਾਡੇ ਹਿੱਤਾਂ ਦੀ ਲੜਾਈ ਲੜਨ ਦੇ ਵਿੱਚ ਰੁਕਾਵਟਾਂ ਖੜੀਆਂ ਕੀਤੀਆਂ ਜਾ ਰਹੀਆਂ ਨੇ, ਔਰ ਇਹ ਜਿਹੜਾ ਸਾਡੇ ਭਰਾਵਾਂ ਨੂੰ ਜਿਹੜੇ ਇੰਨੀ ਵੱਡੀ ਗਿਣਤੀ ਵਿੱਚ ਇੱਥੇ ਆਏ ਨੇ, ਆਪਣੀ ਜਾਇਦਾਦ ਨੂੰ ਫੂਕ ਕੇ ਪੈਸੇ ਲਾ ਕੇ, ਅਤੇ ਉਹਨਾਂ ਨੂੰ ਕੈਨੇਡਾ ਦੀ ਧਰਤੀ 'ਤੇ ਦਾਖਲ ਨਹੀਂ ਹੋਣ ਦਿੱਤਾ ਗਿਆ। ਤੋ ਇਹ ਜਿਹੜਾ ਪ੍ਰਚਾਰ ਉਹਨਾਂ ਨੇ ਨਾਲ ਦੇ ਨਾਲ ਪ੍ਰਚਾਰ ਵੀ ਕੀਤਾ ਆਪਣੇ ਅਖਬਾਰ ਦੇ ਰਾਹੀਂ, ਇਹ ਅਖਬਾਰ ਕੈਨੇਡਾ ਵਿੱਚ ਵੀ ਗਈ, ਦੂਜੇ ਟਾਪੂਆਂ ਵਿੱਚ ਵੀ ਗਈ, ਅਮਰੀਕਾ ਵਿੱਚ ਵੀ ਗਈ, ਔਰ ਇਹਦੇ ਨਾਲ ਇੱਕ ਰੋਸ ਦੀ ਬੜੀ ਤਿੱਖੀ ਲਹਿਰ ਜਿਹੜੀ ਆ ਕਿ ਨਹੀਂ, ਉਹ ਵਿਆਪਕ ਪੱਧਰ ਉੱਤੇ ਜਿਹੜੀ ਸੀ ਲੋਕਾਂ ਦੇ ਮਨਾਂ ਵਿੱਚ ਪੈਦਾ ਹੁੰਦੀ ਹੈ। ਔਰ ਜਦੋਂ ਕਾਮਾ ਗਾਟਾ ਮਾਰੂ ਫਿਰ ਵਾਪਸ ਜਾਂਦਾ ਆ, ਅਤੇ ਲੋਕਾਂ ਦੇ ਜਿਵੇਂ ਕਲੇਜੇ ਵਿੱਚ ਨਾ ਅੱਗ ਲੱਗ ਜਾਂਦੀ ਹੈ, ਇਹ ਅਮਰੀਕਾ ਵਿੱਚ ਵੀ ਜਿਹੜੇ ਸਾਡੇ ਲੋਕ ਸਨ, ਕੈਨੇਡਾ ਵਿੱਚ ਵੀ ਸਾਡੇ ਜਿਹੜੇ ਲੋਕ ਸਨ, ਉਹਨਾਂ ਨੂੰ ਲੱਗਾ ਕਿ ਸਾਡੇ ਨਾਲ ਘੋਰ ਅਨਿਆਇ ਹੈ, ਇਹੋ ਜਿਹੀ ਜ਼ਿੰਦਗੀ ਨਾਲੋਂ ਤਾਂ ਮਰ ਜਾਣਾ ਚੰਗਾ ਹੈਗਾ। ਤੋ ਜਦੋਂ ਉਹ ਵਾਪਸ ਜਾ ਰਹੇ ਸਨ, ਅਤੇ ਸਾਡੇ ਗਦਰੀਆਂ ਨੇ ਜਿਹੜਾ ਸੀ ਉਹ ਸੋਚਿਆ ਕਿ ਸਾਨੂੰ ਇਸ ਰੋਸ ਦਾ ਲਾਹਾ ਲੈਣਾ ਚਾਹੀਦਾ, ਜਿਹਦੀ ਗੱਲ ਆਪਾਂ ਪਹਿਲਾਂ ਕਰ ਚੁੱਕੇ ਹਾਂ, ਕਿ ਉਹਨਾਂ ਨੇ ਸੋਚਿਆ ਕਿ ਸਾਡਾ ਪਾਰਟੀ ਦਾ ਜਿਹੜਾ ਪ੍ਰਧਾਨ ਹੈ, ਸਾਡੇ ਕਮਿਸ਼ਨ ਦਾ ਮੈਂਬਰ ਜਿਹੜਾ ਜਿਹੜਾ ਸਭ ਤੋਂ ਸੀਨੀਅਰ ਬੰਦਾ ਹੈ, ਉਹ ਜਾਵੇ ਅਤੇ ਯੋਕੋਹਾਮਾ ਵਿੱਚ ਇਸ ਜਹਾਜ਼ ਦੇ ਜਿਹੜੇ ਮੁਸਾਫਰ ਨੇ ਉਹਨਾਂ ਨੂੰ ਮਿਲੇ, ਅਤੇ ਉਹਨਾਂ ਨੂੰ ਨਾਲੇ ਤਾਂ ਹਥਿਆਰ ਦੇਵੇ, ਨਾਲੇ ਜਿਹੜਾ ਗਦਰ ਪਾਰਟੀ ਦਾ ਮੈਸੇਜ ਆ ਉਹ ਉਹਨਾਂ ਨੂੰ ਦੇਵੇ, ਤਾਂ ਕਿ ਉਹ ਗਦਰ ਪਾਰਟੀ ਦੇ ਨਾਲ ਉਹਨਾਂ ਨੂੰ ਜੋੜਿਆ ਜਾ ਸਕੇ। ਇਹ ਆਪਾਂ ਗੱਲ ਪਿੱਛੇ ਕਰ ਚੁੱਕੇ ਹਾਂ। ਅਤੇ ਇਸ ਤਰੀਕੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਗਦਰ ਲਹਿਰ ਜਿਹੜੀ ਸੀਗੀ ਉਹਦਾ ਕਾਮਾ ਗਾਟਾ ਮਾਰੂ ਦੇ ਨਾਲ ਰਿਸ਼ਤਗੀ ਜਿਹੜੀ ਇਸ ਤਰੀਕੇ ਦੀ ਸੀ ਕਿ ਇਸ ਕਾਮਾ ਗਾਟਾ ਮਾਰੂ ਨੇ ਰੋਸ ਦੀ ਇੱਕ ਵੱਡੀ ਲਹਿਰ ਪੈਦਾ ਕੀਤੀ, ਜਿਹਨੇ ਇਹ ਉਭਾਰ ਪੈਦਾ ਕਰ ਦਿੱਤਾ ਲੋਕਾਂ ਦੇ ਮਨਾਂ ਵਿੱਚ ਕਿ ਹੁਣ ਸਾਨੂੰ ਲੜਾਈ ਲੜਨੀ ਚਾਹੀਦੀ ਹੈ। ਅਤੇ ਲੜਾਈ ਲੜਨ ਦੇ ਵਾਸਤੇ ਮੌਕਾ ਬੜਾ ਮੁਨਾਸਿਬ ਆ ਗਿਆ ਕਿ ਉੱਧਰੋਂ ਜਹਾਜ਼ ਵਾਪਸ ਮੋੜ ਦਿੱਤਾ ਗਿਆ, ਉੱਧਰੋਂ ਜਿਹੜੀ ਪਹਿਲੀ ਵਿਸ਼ਵ ਜੰਗ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ। ਅਤੇ ਸਾਡੇ ਕਿਉਂਕਿ ਗਦਰੀਆਂ ਦੇ ਏਜੰਡੇ ਉੱਤੇ ਸੀ ਕਿ ਜਦੋਂ ਵੀ ਪਹਿਲੀ ਵਿਸ਼ਵ ਜੰਗ ਸ਼ੁਰੂ ਹੋਵੇਗੀ ਤਾਂ ਸਾਨੂੰ ਉਦੋਂ ਇਹ ਲੜਾਈ ਲੜਨੀ ਪੈਣੀ ਆ ਅਤੇ ਲੜਨੀ ਚਾਹੀਦੀ ਹੈ। ਭਾਵੇਂ ਕਿ ਅਸੀਂ ਜ਼ਿਕਰ ਕੀਤਾ ਸੀ ਕਿ ਬੜਾ ਥੋੜ੍ਹਾ ਸਮਾਂ ਸੀ, 9 ਮਹੀਨੇ ਦਾ ਸਮਾਂ ਹੀ ਉਹਨਾਂ ਨੂੰ ਮਿਲਿਆ, ਪਰ ਫਿਰ ਵੀ ਉਹਨਾਂ ਨੂੰ ਇਹ ਲੜਾਈ ਲੜਨੀ ਸੀਗੀ। ਅਤੇ ਕਾਮਾ ਗਾਟਾ ਮਾਰੂ ਦਾ ਰੋਸ ਜਿਹੜਾ ਸੀ ਕਿ ਨਹੀਂ, ਉਹ ਦੂਜੇ ਰੋਸ ਵਿੱਚ ਸ਼ਾਮਿਲ ਹੋ ਕੇ ਅਤੇ ਤਿੱਖਾ ਰੋਸ ਬਣ ਗਿਆ ਸੀ ਉਸ ਵੇਲੇ ਤੱਕ। ਡਾਕਟਰ ਸਾਹਿਬ, ਇੱਥੇ ਮੈਂ ਇੱਕ ਤੁਹਾਨੂੰ ਸਵਾਲ ਕਰਨਾ ਚਾਹੁੰਦਾ, ਇੱਕ ਬੜਾ ਬੇਸਿਕ ਜਿਹਾ ਮੁੱਢਲਾ ਜਿਹਾ ਸਵਾਲ ਹੈ ਕਿ ਗਦਰ ਪਾਰਟੀ ਦੀ ਸਥਾਪਨਾ ਅਮਰੀਕਾ ਦੀ ਧਰਤੀ ਦੇ ਉੱਪਰ ਹੋਈ, ਜਿਵੇਂ ਤੁਸੀਂ ਦੱਸਿਆ ਕਿ ਪਹਿਲੀ ਵਿਸ਼ਵ ਜੰਗ ਸ਼ੁਰੂ ਹੋ ਚੁੱਕੀ ਸੀ ਔਰ ਗਦਰ ਮਚਾਉਣਾ ਚਾਹੁੰਦੇ ਸੀਗੇ, ਹਥਿਆਰਬੰਦ ਇਨਕਲਾਬ ਲਿਆਉਣਾ ਚਾਹੁੰਦੇ ਸੀ, ਤੁਸੀਂ ਦੱਸਿਆ ਸੀ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਕਸ਼ਮੀਰ ਤੋਂ ਸ਼ੁਰੂ ਕਰਨਾ ਚਾਹੁੰਦੇ ਸੀ, ਲੇਕਿਨ ਸਵਾਲ ਮੇਰੇ ਜ਼ਿਹਨ ਦੇ ਵਿੱਚ ਇਹ ਹੈ ਕਿ ਗਦਰ ਪਾਰਟੀ ਜਿਹੜੀ ਅਮਰੀਕਾ ਦੀ ਧਰਤੀ ਦੇ ਉੱਪਰ ਬਣੀ ਸੀ ਔਰ ਉਹ ਕਿੰਨੇ ਮੈਂਬਰ ਸੀ ਉਹਨਾਂ ਦੇ? ਸੋ ਇਹ ਮੈਂ ਥੋੜ੍ਹਾ ਜਿਹਾ ਵਿਸਥਾਰ ਨਾਲ ਤੁਹਾਡੇ ਕੋਲ ਜਾਣਨਾ ਚਾਹਾਂਗਾ, ਲੇਕਿਨ ਸਮਾਂ ਹੁਣ ਜੀ ਇੱਕ ਛੋਟੀ ਜਿਹੀ ਬ੍ਰੇਕ ਦਾ ਹੈ, ਸੋ ਬ੍ਰੇਕ ਤੋਂ ਬਾਅਦ ਇਹ ਬੜਾ ਮਹੱਤਵਪੂਰਨ ਸਵਾਲ ਹੈ, ਇਹਦੇ ਬਾਰੇ ਵੀ ਤੁਹਾਡੇ ਕੋਲ ਜਾਣਾਂਗੇ ਜੀ। ਸੋ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਸ ਸਵਾਲ ਦਾ ਜਵਾਬ ਆਪਾਂ ਡਾਕਟਰ ਸੰਧੂ ਹੋਣਾ ਕੋਲ ਜਾਣਦੇ ਹਾਂ ਜੀ। Thank you.
ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਹਿਸਟਰੀ ਦੇ ਵਿੱਚ। ਔਰ ਬ੍ਰੇਕ ਤੋਂ ਪਹਿਲਾਂ ਇੱਕ ਬੜਾ ਮਹੱਤਵਪੂਰਨ ਸਵਾਲ ਡਾਕਟਰ ਸੰਧੂ ਹੁਣਾਂ ਨੂੰ ਕੀਤਾ ਗਿਆ ਸੀ, ਆਓ ਜੀ ਉਹਨਾਂ ਦਾ ਜਵਾਬ ਉਹਨਾਂ ਕੋਲ ਲੈਂਦੇ ਹਾਂ। ਡਾਕਟਰ ਸਾਹਿਬ, ਮੈਂ ਬ੍ਰੇਕ ਤੋਂ ਪਹਿਲਾਂ ਤੁਹਾਨੂੰ ਸਵਾਲ ਕੀਤਾ ਸੀ ਕਿ ਗਦਰ ਪਾਰਟੀ ਜਿਹੜੀ ਸੀ ਉਹ ਭਾਰਤ ਦੇ ਵਿੱਚ ਹਥਿਆਰਬੰਦ ਇਨਕਲਾਬ ਲਿਆਉਣਾ ਚਾਹੁੰਦੀ ਸੀ, ਔਰ ਮੇਰਾ ਸਵਾਲ ਇਹ ਸੀ ਕਿ ਗਦਰ ਪਾਰਟੀ ਜਿਹੜੀ ਸੀ ਉਹਦੀ ਤਾਕਤ ਕਿੰਨੀ ਸੀ, ਜਾਣੀ ਕਿ ਉਹਨਾਂ ਦੇ ਕਿੰਨੇ ਸਾਥੀ ਸੀ, ਕਿੰਨੇ ਮੈਂਬਰ ਸੀ, ਔਰ ਉਹਨਾਂ ਦੀ ਜਿਹੜੀ ਯੋਜਨਾ ਹਥਿਆਰਬੰਦ ਇਨਕਲਾਬ ਲੈ ਕੇ ਆਉਣ ਦੀ ਸੀ, ਕਿ ਐਡੀ ਵੱਡੀ ਬ੍ਰਿਟਿਸ਼ ਹਕੂਮਤ ਦੇ ਨਾਲ ਮੱਥਾ ਲਾਉਣਾ ਸੀ। ਔਰ ਮੇਰਾ ਇੱਕ ਤਾਂ ਇਹ ਸਵਾਲ ਨਾਲ ਦੀ ਨਾਲ ਜੁੜਦਾ, ਮੈਂ ਤੁਹਾਨੂੰ ਸਵਾਲ ਇਹ ਕਰਨਾ ਚਾਹੁੰਦਾ ਕਿ ਭਾਰਤ ਦੇ ਵਿੱਚ ਗਦਰ ਪਾਰਟੀ ਨੇ ਇਨਕਲਾਬ ਲਿਆਉਣ ਵਾਸਤੇ ਉੱਥੋਂ ਦੀਆਂ ਕੁਛ ਦੇਸ਼ ਭਗਤੀ ਜਥੇਬੰਦੀਆਂ ਨੂੰ ਨਾਲ ਜੋੜਿਆ ਸੀ ਕਿ ਨਹੀਂ ਜੋੜਿਆ ਸੀ? ਜਾਂ ਇਹ ਤੁਹਾਡੇ ਬੜੇ ਇਕੱਠੇ ਸਵਾਲ ਨੇ ਜਿਨ੍ਹਾਂ ਦਾ ਲੰਬੇ ਜਵਾਬ ਦੇਣ ਦੀ ਜ਼ਰੂਰਤ ਹੈਗੀ ਹੈ ਕਿ ਉਸ ਵੇਲੇ ਭਾਰਤ ਦੀ ਸਥਿਤੀ ਕੀ ਸੀਗੀ, ਉਹਦੇ ਬਾਰੇ ਵੀ ਆਪਾਂ ਸਾਰੀ ਗੱਲ ਅੱਗੇ ਜਾ ਕੇ ਕਰ ਲੈਂਦੇ ਹਾਂ। ਅਤੇ ਜਿਹੜੀ ਤਾਕਤ ਦੀ ਤੁਸੀਂ ਗੱਲ ਕਰਦੇ ਆ ਨਾ, ਤਾਕਤ ਇਹ ਸੀ ਕਿ ਜਿਹੜੀ ਗੱਲ ਨੂੰ ਉਹਨਾਂ ਨੇ 6 ਸਾਲ ਵਿੱਚ ਕੰਪਲੀਟ ਕਰਨਾ ਸੀ, ਉਹਨਾਂ ਦੇ ਮਨ ਵਿੱਚ ਸੀ 2020 ਦੇ ਵਿੱਚ ਲੜਾਈ ਲੱਗੂਗੀ, ਉਹਨਾਂ ਦੀ ਤਿਆਰੀ ਸਾਡੀ ਘੱਟੋ ਘੱਟ 6 ਸਾਲ ਦੀ ਹੋਵੇਗੀ। ਉਸ 6 ਸਾਲ ਦੇ ਵਿੱਚ ਉਹਨਾਂ ਨੇ ਸਾਰੀ ਰੂਪ ਰੇਖਾ ਪਾਰਟੀ ਦੀ ਉਸਾਰਨੀ ਸੀਗੀ ਲੜਾਈ ਦੀ, ਅਤੇ ਹੁਣ ਤਾਂ ਸਮਾਂ ਸੀ ਸਿਰਫ 9 ਮਹੀਨੇ ਦਾ ਉਹਨਾਂ ਨੂੰ ਮਿਲਿਆ। ਤਾਂ ਇਸ ਕਰਕੇ ਜਿਸ ਤਰੀਕੇ ਦੀ ਤਾਕਤ ਉਹਨਾਂ ਦੇ ਕੋਲ ਚਾਹੀਦੀ ਸੀਗੀ, ਜਿਸ ਤਰੀਕੇ ਦੀ ਤਿਆਰੀ ਚਾਹੀਦੀ ਸੀ, ਉਹ ਤਿਆਰੀ ਉਸ ਪੱਧਰ ਦੀ ਤਾਂ ਨਹੀਂ ਸੀ, ਕੱਚੀ ਪਿੱਲੀ ਤਿਆਰੀ ਸੀ, ਪਰ ਜਿਹੜਾ ਜੋਸ਼ ਸੀ, ਜਿਹੜਾ ਉਭਾਰ ਸੀ ਨਾ, ਉਹ ਇਸ ਤਰੀਕੇ ਦਾ ਸੀਗਾ ਕਿ ਪਾਰਟੀ ਦੀਆਂ ਜਿਹੜੀਆਂ ਇਕਾਈਆਂ ਸੀਗੀਆਂ, ਜਿਵੇਂ ਅਸੀਂ ਦੱਸਿਆ ਕਿ ਉਹ ਪੂਰਬੀ ਟਾਪੂਆਂ ਉੱਤੇ ਬਣੀਆਂ ਸੀ, ਸ਼ੰਘਾਈ ਬਣੀ ਹੋਈ ਸੀ, ਮਨੀਲਾ ਬਣੀ ਹੋਈ ਸੀ, ਹਾਂਗਕਾਂਗ ਬਣੀ ਹੋਈ ਸੀਗੀ, ਸਿੰਗਾਪੁਰ ਬਣੀ ਹੋਈ ਸੀਗੀ, ਪੇਨਾਂਗ ਬਣੀ ਹੋਈ ਸੀਗੀ, ਜਪਾਨ ਬਣੀ ਹੋਈ ਸੀਗੀ, ਇਸੇ ਤਰ੍ਹਾਂ ਹੀ ਕਨੇਡਾ ਅਤੇ ਅਮਰੀਕਾ ਦੇ ਵਿੱਚ ਜਿਹੜੇ ਵੱਖ ਵੱਖ ਖਿੱਤੇ ਸੀਗੇ ਉੱਥੇ ਪਾਰਟੀ ਦੀਆਂ ਵੱਖ ਵੱਖ ਇਕਾਈਆਂ ਬਣੀਆਂ ਹੋਈਆਂ ਸੀ। ਔਰ ਜਿਵੇਂ ਅਸੀਂ ਦੱਸਿਆ ਕਿ ਭਾਈ ਭਗਵਾਨ ਸਿੰਘ ਅਤੇ ਮੌਲਵੀ ਬਰਕਤੁੱਲਾ ਅਤੇ ਪੰਡਿਤ ਰਾਮਚੰਦ ਜਦੋਂ ਇਕੱਠੇ ਹੋ ਕੇ ਅਤੇ ਇਹਨਾਂ ਦਿਨਾਂ ਦੇ ਵਿੱਚ ਪ੍ਰਚਾਰ ਕਰਨ ਜਾਂਦੇ ਸਨ, 7-7, 8-8 ਥਾਵਾਂ ਨੂੰ ਉਹ ਭੁਗਤਾਉਂਦੇ ਸਨ ਲਗਾਤਾਰ, ਬਾਬਾ ਸੋਹਣ ਸਿੰਘ ਭਕਨਾ ਵੀ ਨਾਲ ਹੁੰਦੇ ਸਨ ਉਹਨਾਂ ਦੇ, ਤਾਂ ਉਸ ਦੌਰ ਦੇ ਵਿੱਚ ਬਹੁਤ ਵੱਡੀ ਪੱਧਰ 'ਤੇ ਲੋਕ ਜਿਹੜੇ ਸਨ ਨਾ ਉਹ ਨਾਲ ਜੁੜਨੇ ਸ਼ੁਰੂ ਹੋ ਗਏ ਉਹਨਾਂ ਦੇ। ਤੋ ਤਾਕਤ ਉਹਨਾਂ ਦੀ ਜਿਹੜੀ ਸਿੱਖਣੀ ਉਹ ਮੈਨ ਪਾਵਰ ਦੇ ਤੌਰ ਉੱਤੇ ਕਾਫੀ ਵੱਡੇ ਪੱਧਰ ਉੱਤੇ ਹੋ ਗਈ ਸੀ। ਮੈਂ ਤੁਹਾਨੂੰ ਮਿਸਾਲ ਦਿੰਦਾ, ਇੱਕ ਤਾਂ ਇਹ ਹੈ ਕਿ ਜਦੋਂ ਅੰਗਰੇਜ਼ ਜਿਹੜੇ ਨੇ ਉਹ ਪਹਿਲੀ ਜੰਗ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ, ਤਾਂ ਉਸ ਵੇਲੇ 5 ਅਗਸਤ ਨੂੰ ਐਲਾਨੇ ਜੰਗ ਜਿਹੜਾ ਕਿ ਨਹੀਂ ਉਹ ਛਾਪਿਆ ਜਾਂਦਾ ਗਦਰ ਅਖਬਾਰ ਦੇ ਵਿੱਚ। ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਸਾਰੇ ਜਿੱਥੇ ਜਿੱਥੇ ਵੀ ਭਾਰਤੀ ਬੈਠੇ ਹੋਏ ਨੇ ਉਹਨਾਂ ਨੂੰ ਇਹ ਇੱਕ ਵੰਗਾਰ ਦਿੱਤੀ ਗਈ, ਇੱਕ ਚੈਲੰਜ ਦਿੱਤਾ ਗਿਆ ਕਿ ਹੁਣ ਮੌਕਾ ਆ ਗਿਆ, ਵਕਤ ਨੂੰ ਬੋਧਿਓਂ ਫੜ ਲਓ ਅਤੇ ਅੰਗਰੇਜ਼ੀ ਰਾਜ ਦੀਆਂ ਜੜ੍ਹਾਂ ਜਿਹੜੀਆਂ ਉਹ ਭਾਰਤ ਦੇ ਵਿੱਚੋਂ ਪੁੱਟ ਦਿਓ ਹਿੰਦੁਸਤਾਨ ਦੇ ਵਿੱਚੋਂ। ਠੀਕ ਹੈ। ਔਰ ਨਾਲ ਦੇ ਨਾਲ ਇਹ ਕਿਹਾ ਗਿਆ ਕਿ ਹੁਣ ਜਿਹੜੀ ਲੜਾਈ ਹੈ ਨਾ, ਇਸ ਲੜਾਈ ਵਿੱਚ ਇੱਕ ਪਾਸੇ ਹੈ ਇੰਗਲੈਂਡ, ਰੂਸ ਅਤੇ ਫਰਾਂਸ, ਦੂਜੇ ਪਾਸੇ ਹੈ ਜਰਮਨ, ਆਸਟਰੀਆ ਅਤੇ ਇਟਲੀ। ਤੋ ਸਾਨੂੰ ਜਰਮਨ ਦੀ ਮਦਦ ਲੈਣੀ ਪਵੇਗੀ, ਅਤੇ ਜਰਮਨ ਕਿਉਂਕਿ ਇੰਗਲੈਂਡ ਨਾਲ ਲੜ ਰਿਹਾ ਹੈ ਅਤੇ ਦੋ ਦੁਸ਼ਮਣ ਆਪਸ ਵਿੱਚ ਲੜਦੇ ਪਏ ਨੇ, ਜਦੋਂ ਦੋ ਦੁਸ਼ਮਣ ਆਪਸ ਵਿੱਚ ਲੜਦੇ ਪਏ ਹੋਣ ਤਾਂ ਉਹਨਾਂ ਵਿੱਚੋਂ ਇੱਕ ਜਿਹੜਾ ਆ ਉਹ ਤੁਹਾਡਾ ਦੁਸ਼ਮਣ ਹੋਵੇ ਤਾਂ ਜਿਹੜਾ ਉਹਦਾ ਦੁਸ਼ਮਣ ਆ ਉਹ ਤੁਹਾਡਾ ਦੋਸਤ ਆਟੋਮੈਟਿਕਲੀ ਬਣ ਜਾਂਦਾ ਹੈ। ਇੱਕ ਤਾਂ ਉਹਨਾਂ ਨੇ ਸੋਚਿਆ ਕਿ ਅਸੀਂ ਜਰਮਨ ਤੋਂ ਮਦਦ ਲਵਾਂਗੇ, ਦੂਜੀ ਗੱਲ ਇਹ ਕਿ ਜੇ ਅਸੀਂ ਇਹ ਦੋ ਭਲਵਾਨ ਘੁਲਦੇ ਪਏ, ਜਿਵੇਂ ਬਾਬਾ ਸੋਹਣ ਸਿੰਘ ਭਕਨਾ ਨੇ ਕਿਹਾ ਸੀਗਾ ਕਿ ਦੋ ਭਲਵਾਨ ਘੁਲਦੇ ਹੋਣ ਉਹਨਾਂ ਵਿੱਚੋਂ ਇੱਕ ਦੇ ਤੁਸੀਂ ਖਿਲਾਫ਼ ਹੋਵੋ ਤਾਂ ਜਿਹਦੇ ਤੁਸੀਂ ਖਿਲਾਫ਼ ਹੋਵੋ ਉਹਦੇ ਲੱਕ ਨੂੰ ਪਿੱਛੋਂ ਜੱਫਾ ਮਾਰ ਸਕਦੇ ਹੋ ਅਤੇ ਉਹਨੂੰ ਡੇਗ ਸਕਦੇ ਹੋ। ਇਹ ਮੌਕਾ ਇੱਕ ਤਾਂ ਉਹਨਾਂ ਸੋਚਿਆ ਕਿ ਤੁਸੀਂ ਹੁਣ ਲੱਕ ਤੋਂ ਜੱਫਾ ਮਾਰ ਕੇ ਅੰਗਰੇਜ਼ਾਂ ਨੂੰ ਡੇਗ ਸਕਦੇ ਹੋ। ਇਹ ਡੇਗਣ ਵਾਸਤੇ ਕੀ ਕਰੋ, ਤੁਸੀਂ ਦੇਸ਼ ਦੇ ਵਿੱਚ ਧਾਈ ਕਰੋ,
ਹਥਿਆਰ ਲੈ ਕੇ ਜਾਓ, ਮਸ਼ੀਨ ਗੰਨਾਂ ਲੈ ਕੇ ਜਾਓ, ਪੈਸਾ ਲੈ ਕੇ ਜਾਓ, ਜੋ ਕੁਛ ਵੀ ਲੈ ਕੇ ਜਾ ਸਕਦੇ ਹੋ ਜਾਓ ਤੁਸੀਂ, ਔਰ ਹੋਰ ਕੁਝ ਨਹੀਂ ਤਾਂ ਗਦਰ ਦੇ ਪਰਚੇ ਹੀ ਲੈ ਜਾਓ, ਹੋਰ ਜਿਹੜਾ ਗਦਰ ਦਾ ਲਿਟਰੇਚਰ ਹੈ ਉਹ ਹੀ ਲੈ ਜਾਓ, ਗਦਰ ਦੀ ਗੂੰਜ ਹੀ ਆਪਣੇ ਨਾਲ ਲੈ ਜਾਓ, ਜਿੱਥੇ ਜਿੱਥੇ ਜਾਓ, ਪਾਂਡੀਚੇਰੀ ਥਾਣੀ ਜਾ ਸਕਦੇ ਹੋ ਤਾਂ ਜਾਓ, ਗੋਆ ਥਾਣੀ ਜਾ ਸਕਦੇ ਹੋ ਤਾਂ ਜਾਓ, ਕਲਕੱਤੇ ਥਾਣੀ ਜਾ ਸਕਦੇ ਹੋ ਤਾਂ ਜਾਓ। ਮਤਲਬ ਇਹ ਇੱਕ ਤਰ੍ਹਾਂ ਦਾ ਉਹਨਾਂ ਨੇ ਜਿਹੜੇ ਸੱਦਾ ਦਿੱਤਾ ਨਾਲ ਦੇ ਨਾਲ ਜਿਹੜੀਆਂ ਸੀਗੀਆਂ, ਫਿਰ ਉਹਨਾਂ ਨੇ ਵੱਡੀਆਂ ਕਾਨਫਰੰਸਾਂ ਕੀਤੀਆਂ ਕਿ ਲੋਕਾਂ ਨੂੰ ਉਭਾਰਿਆ ਜਾਵੇ। ਇਹਦੇ ਲਈ 7 ਅਗਸਤ ਨੂੰ ਪੋਰਟਲੈਂਡ ਵਿੱਚ ਇੱਕ ਵੱਡੀ ਕਾਨਫਰੰਸ ਕੀਤੀ ਜਾਂਦੀ, ਵੱਡੀ ਗਿਣਤੀ ਵਿੱਚ ਉਸ ਏਰੀਏ ਦੇ ਲੋਕ ਉੱਥੇ ਸ਼ਾਮਿਲ ਹੁੰਦੇ ਆ, ਉੱਥੇ ਇਹੋ ਸੁਨੇਹਾ ਉਹਨਾਂ ਨੂੰ ਦਿੱਤਾ ਗਿਆ। ਫਿਰ 9 ਅਗਸਤ ਨੂੰ ਜਿਹੜੀ ਆ ਉਹ ਹੁੰਦੀ ਆ ਫਰੈਜ਼ਨੋ ਦੇ ਵਿੱਚ, ਅਤੇ 10 ਅਗਸਤ ਨੂੰ ਹੁੰਦੀ ਆ ਸੈਕਰਾਮੈਂਟੋ ਦੇ ਵਿੱਚ। ਜਿਹੜੀ ਸੈਕਰਾਮੈਂਟੋ ਦੇ ਵਿੱਚ ਹੁੰਦੀ ਆ, ਜਿਹੜੀ ਤੁਸੀਂ ਗੱਲ ਕੀਤੀ ਸੀਗੀ ਕਿ ਕਿੰਨੀ ਕੁ ਉਹਨਾਂ ਦੀ ਸ਼ਕਤੀ ਸੀ, ਸੈਕਰਾਮੈਂਟੋ ਦੇ ਵਿੱਚ ਇਹ ਕਿਹਾ ਗਿਆ ਜਿਹੜਾ ਇਤਿਹਾਸ ਦੀਆਂ ਕਿਤਾਬਾਂ 'ਚ ਆਉਂਦਾ, ਉਹ ਕਹਿੰਦੇ ਕਿ ਲਗਭਗ 6,000 ਬੰਦਾ ਠੀਕ ਹੈ ਉਸ ਕਾਨਫਰੰਸ ਵਿੱਚ ਸ਼ਾਮਿਲ ਸੀਗਾ। ਇੰਨਾ ਜ਼ਿਆਦਾ ਉਭਾਰ ਸੀ। ਸਰਕਾਰੀ ਰਿਪੋਰਟ ਜਿਹੜੀ ਹੈ ਕਿ ਨਹੀਂ ਰਿਕਾਰਡ ਵਿੱਚ ਮੈਂ ਪੜ੍ਹੀ ਸੀ ਕਿ ਉਹ ਦੱਸਦੇ ਆ ਕਿ ਜਿਹੜੀ ਆਸਟੋਰੀਆ ਕਿ ਨਹੀਂ ਉੱਥੋਂ ਦੀ ਜਿਹੜੀ ਸਰਕਾਰੀ ਰਿਪੋਰਟ ਹੈ ਉਹ ਕਹਿੰਦੀ ਹੈ ਕਿ ਜਿਹੜੀ ਵੀ ਇੱਥੋਂ ਗੱਡੀ ਜਾਂ ਬੇੜੀ ਦੱਖਣ ਵਾਲੇ ਪਾਸੇ ਜਾ ਰਹੀ ਹੈ, ਅਸੀਂ ਵੇਖਦੇ ਪਏ ਹਾਂ ਕਿ ਉਸ ਗੱਡੀ ਦੇ ਵਿੱਚ ਜਿਹੜੇ ਆਸਟੋਰੀਆ ਵਿੱਚ ਰਹਿਣ ਵਾਲੇ ਲੋਕ ਨੇ ਉਹ ਬਹੁਤ ਵੱਡੀ ਗਿਣਤੀ ਵਿੱਚ ਧਾਈ ਕਰਕੇ ਜਾ ਰਹੇ ਨੇ, ਹੈ ਔਰ ਜੇ ਇਸ ਤਰ੍ਹਾਂ ਜਾਂਦੇ ਰਹੇ ਕਿ ਜਿਹੜੇ ਲੋਕ ਇਸ ਤਰੀਕੇ ਨਾਲ ਨਿਕਲ ਰਹੇ ਨੇ ਆਸਟੋਰੀਆ ਦੇ ਵਿੱਚੋਂ, ਤਾਂ ਲੱਗਦਾ ਹੈ ਕਿ ਛੇਤੀ ਹੀ ਸਾਰਾ ਆਸਟ੍ਰੇਲੀਆ ਜਿਹੜਾ ਹਿੰਦੂਆਂ ਤੋਂ ਖਾਲੀ ਹੋ ਜਾਵੇਗਾ। ਇੰਜੀ ਉਹਨਾਂ ਨੇ ਕਿਹਾ ਕਿ ਹਿਮੰਡ ਮਿੱਲਾਂ ਜਿਹੜੀਆਂ ਨੇ ਨਾ ਉਹਨਾਂ ਦੇ ਵਿੱਚੋਂ ਵੀ ਲੋਕ ਜਿਹੜੇ ਨੇ ਉਹ ਜਾਣੇ ਸ਼ੁਰੂ ਹੋ ਗਏ ਨੇ, ਅਤੇ ਛੇਤੀ ਹੀ ਹੋਰ ਲੋਕ ਵੀ ਚਲੇ ਜਾਣਗੇ। ਅਤੇ ਜਾ ਕਿੱਧਰ ਰਹੇ ਨੇ? ਜਾ ਰਹੇ ਨੇ ਇਹ ਸਾਨ ਫਰਾਂਸਿਸਕੋ ਵੱਲ, ਜਿੱਥੇ ਉਹਨਾਂ ਨੂੰ ਸੱਦਾ ਦਿੱਤਾ ਗਿਆ ਕਿ ਭਾਰਤ ਵਿੱਚ ਇਨਕਲਾਬ ਕੀਤਾ ਜਾਣਾ ਆ, ਔਰ ਇੱਥੇ ਸਾਨ ਫਰਾਂਸਿਸਕੋ ਤੋਂ ਜਹਾਜ਼ ਚੱਲਣ ਵਾਲਾ ਹੈ, ਤੁਸੀਂ ਆਪਣੀਆਂ ਜਾਇਦਾਦਾਂ ਇੱਥੇ ਆ ਕੇ ਦਿਓ, ਅਤੇ ਤੁਸੀਂ ਇੱਥੇ ਆ ਕੇ ਆਪਣੇ ਨਾਂ ਲਿਖਾਓ, ਅਤੇ ਤੁਹਾਨੂੰ ਹਥਿਆਰ ਇੰਡੀਆ ਵਿੱਚ ਪਹੁੰਚ ਜਾਣਗੇ, ਅਤੇ ਇੰਡੀਆ ਨੂੰ ਜਾਣ ਦੀ ਤਿਆਰੀ ਕਰੋ। ਤਾਂ ਇਸ ਤਰੀਕੇ ਨਾਲ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਦੀ ਤਾਕਤ ਇਸ ਵੱਡੇ ਪੱਧਰ ਦੇ ਉੱਤੇ, ਵਿਆਪਕ ਪੱਧਰ ਉੱਤੇ ਲੋਕਾਂ ਦਾ ਰੋਸ ਸੀਗਾ, ਔਰ ਲੋਕ ਜਿਹੜੇ ਨੇ ਉਹ ਸੱਚਮੁੱਚ ਭੀੜਾਂ ਦੀ ਸ਼ਕਲ ਦੇ ਵਿੱਚ ਗਦਰ ਆਸ਼ਰਮ ਵਿੱਚ ਇਕੱਠੇ ਹੁੰਦੇ ਸੀ ਆ ਕੇ, ਅਤੇ ਪੁੱਛਦੇ ਸੀ ਉੱਥੇ ਅਹੁਦੇਦਾਰਾਂ ਨੂੰ ਵੀ ਸਾਨੂੰ ਅਗਲਾ ਪ੍ਰੋਗਰਾਮ ਦੱਸੋ ਕੀ ਹੈਗਾ। ਡਾਕਟਰ ਸਾਹਿਬ, ਤੁਸੀਂ ਹਥਿਆਰਾਂ ਦੀ ਗੱਲ ਕੀਤੀ, ਪਿਛਲੇ ਪ੍ਰੋਗਰਾਮਸ ਦੇ ਵਿੱਚ ਤੁਸੀਂ ਹਥਿਆਰਾਂ ਦੀ ਗੱਲ ਕੀਤੀ ਸੀ ਵੀ ਕਾਫੀ ਸਾਰੇ ਹਥਿਆਰ ਜਿਹੜੇ ਖਰੀਦ ਲਏ ਗਏ ਸੀ, ਗੋਲੀ ਸਿੱਕਾ ਖਰੀਦ ਲਿਆ ਗਿਆ ਸੀ, ਫਿਰ ਉਹ ਸਾਰਾ ਗੋਲੀ ਸਿੱਕਾ ਜਿਹੜਾ ਸੀ ਉਹ ਭਾਰਤ ਪਹੁੰਚਿਆ ਕਿ ਨਹੀਂ ਪਹੁੰਚਿਆ ਸੀ? ਉਹ ਪਹੁੰਚ ਨਹੀਂ ਸਕਿਆ, ਪਰ ਆਪਾਂ ਉਹਦਾ ਜਿਹੜਾ ਵਿਸਥਾਰ ਹੈ ਨਾ, ਉਹ ਕੀ ਗੱਲ ਹੋਈ, ਉਹ ਬਾਬਾ ਭਕਨਾ ਕਿਉਂਕਿ ਲੈ ਕੇ ਗਏ ਸੀਗੇ, ਉਹ ਆਪਾਂ ਗੱਲ ਕਰ ਸਕਦੇ ਹਾਂ ਜੀ। ਸੋ ਡਾਕਟਰ ਸਾਹਿਬ, ਐਕਚੁਅਲੀ ਗਦਰ ਪਾਰਟੀ ਬਾਰੇ ਕਾਫੀ ਸਵਾਲ ਮੇਰੇ ਮਨ ਦੇ ਵਿੱਚ ਹੁਣ ਆ ਗਏ ਨੇ, ਲੇਕਿਨ ਸਵਾਲਾਂ ਦਾ ਜੇ ਸਿਲਸਿਲਾ ਹੁਣ ਆਪਾਂ ਸ਼ੁਰੂ ਕਰ ਲਿਆ ਤਾਂ ਫਿਰ ਉਹ ਗੱਲ ਜਿਹੜੀ ਖਤਮ ਨਹੀਂ ਹੋਣੀ, ਕਿਉਂਕਿ ਸਮਾਂ ਪ੍ਰੋਗਰਾਮ ਦਾ ਹੁਣ ਜੀ ਸਮਾਪਤੀ ਵੱਲ ਹੈ। ਸੋ ਇਹ ਸਾਰੀਆਂ ਮੇਰੇ ਜਿਹੜੇ ਸਵਾਲ, ਇਹਨਾਂ ਦਾ ਵਿਸਥਾਰ ਜਿਹੜਾ ਉਹ ਅਗਲੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗਾ। ਤੁਸੀਂ ਸਟੂਡੀਓ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ, ਸ਼ੁਕਰੀਆ ਜੀ। ਉਮੀਦ ਕਰਦਾ ਕਿ ਗਦਰ ਪਾਰਟੀ ਦਾ ਇਹ ਸਾਰਾ ਜਿਹੜਾ ਇਤਿਹਾਸ ਆ, ਵਿਸਥਾਰ ਸਹਿਤ ਜਿਹੜਾ ਆਪਾਂ ਨੂੰ ਨਹੀਂ ਪਤਾ, ਉਹਦੇ ਬਾਰੇ ਸਾਨੂੰ ਬੜੀ ਮਹੱਤਵਪੂਰਨ ਜਾਣਕਾਰੀ ਡਾਕਟਰ ਸੰਧੂ ਮੁਹੱਈਆ ਕਰਵਾ ਰਹੇ ਨੇ। ਸੋ ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ ਜਿਹੜਾ ਇਹ ਵਿਸਥਾਰ ਸਾਡੀਆਂ ਜਿਹੜੀਆਂ ਨਵੀਆਂ ਪੀੜ੍ਹੀਆਂ ਨੇ ਉਹਨਾਂ ਵਾਸਤੇ ਬੜਾ ਮਹੱਤਵਪੂਰਨ ਹੈ, ਅਤੇ ਉਹ ਅਗਲੇ ਪ੍ਰੋਗਰਾਮ ਦੇ ਵਿੱਚ ਸਾਂਝਾ ਕਰਨਗੇ ਡਾਕਟਰ ਸੰਧੂ। ਤੱਕ ਲਈ ਤੁਸੀਂ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀ ਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ, ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ, ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀ ਵੀ, ਤੁਹਾਡਾ ਆਪਣਾ, ਤੁਹਾਡੇ ਲਈ।